ਸਿੱਖ ਭਾਈਚਾਰੇ ਵੱਲੋਂ ਕੁੰਭ ਦੇ ਮੇਲੇ ਦੌਰਾਨ ਡੂਨੇ ਹੁੰਝਣ ਦੀ ਸੇਵਾ ਕਰਕੇ ਮਾਨਵਤਾ ਅਤੇ ਭਾਈਚਾਰਕ ਸਾਂਝ ਦੀ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ। ਜਿੱਥੇ ਕੁਝ ਫਿਰਕਾ ਪ੍ਰਸਤ ਲੋਕਾਂ ਵੱਲੋਂ ਧਾਰਮਿਕ ਵਖਰੇਵੇ ਪਾਉਣ ਦੀਆਂ ਕੋਝੀਆਂ ਚਾਲਾਂ ਚਲਾਈਆਂ ਜਾਂਦੀਆਂ ਨੇ, ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਝੀਵਾਲਤਾ ਦੇ ਉਪਦੇਸ਼ ਤੇ ਚੱਲਣ ਵਾਲੇ ਸਿੱਖ ਮਾਨਵਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਲਈ ਕੰਮ ਕਰ ਰਹੇ ਨੇ। ਗੱਲ ਕਰ ਰਹੇ ਹਾਂ ਪਵਿੱਤਰ ਸੰਗਮ ਕੁੰਭ ਮੇਲੇ ਦੀ, ਜਿੱਥੇ ਉੱਚੀ ਸੋਚ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਖਿਲਰੇ ਜੂਠੇ ਡੂਨੇ ਹੁੰਝਣ ਦੀ ਸੇਵਾ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਸਿੱਖ ਭਾਈਚਾਰੇ ਵੱਲੋਂ ਕੀਤੀ ਸੇਵਾ ਦੀ ਦੁਨੀਆ ਭਰ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਫਿਰਕਾ ਪ੍ਰਸਤ ਲੋਕਾਂ ਲਈ ਇਹ ਇੱਕ ਸਿੱਖਿਆ ਵੀ ਹੈ। ਬਿਊਰੋ ਰਿਪੋਰਟ, ਜੀਵੇ ਪੰਜਾਬ ਟੀਵੀ।